ਸੋਨੇ ਦਾ ਅੰਡਾ। ਇੱਕ ਪਿੰਡ ਵਿੱਚ ਇੱਕ ਗਰੀਬ ਪਾਂਡਾ ਰਹਿੰਦਾ ਸੀ। ਪਾਂਡਾ ਰੱਬ ਨੂੰ ਬਹੁਤ ਮੰਨਦਾ ਸੀ। ਇੱਕ ਦਿਨ ਉਹ ਮੰਦਿਰ ਤੋਂ ਘਰ ਜਾ ਰਿਹਾ ਸੀ। ਰਸਤੇ ਵਿੱਚ ਉਹਨੂੰ ਮੁਰਗੀ ਮਿਲੀ। ਉਹ ਮੁਰਗੀ ਨੂੰ ਘਰ ਲੈ ਆਇਆ। ਮੁਰਗੀ ਰੋਜ਼ ਇੱਕ ਸੋਨੇ ਦਾ ਅੰਡਾ ਦਿੰਦੀ ਸੀ। ਪਾਂਡਾ ਉਸ ਨੂੰ ਵੇਖ ਕੇ ਅਮੀਰ ਹੁੰਦਾ ਜਾ ਰਿਹਾ ਸੀ। ਅਮੀਰ ਹੋਣ ਨਾਲ ਉਹ ਲਾਲਚੀ ਵੀ ਹੋ ਗਿਆ। ਇੱਕ ਦਿਨ ਉਹ ਨੇ ਸੋਚਿਆ, ਕਿਉਂ ਨਾ ਇਸ ਮੁਰਗੀ ਨੂੰ ਮਾਰ ਕੇ ਉਹਦੇ ਸਾਰੇ ਅੰਡੇ ਲੈ ਲਿਆ। ਉਸ ਨੇ ਆਰੀ ਨਾਲ ਤੇਜ ਛੁਰੀ ਨਾਲ ਮੁਰਗੀ ਦਾ ਢਿੱਡ ਫਾੜ ਦਿੱਤਾ, ਜਿਸ ਨਾਲ ਮੁਰਗੀ ਮਰ ਗਈ। ਪਾਂਡਾ ਇਹ ਵੇਖ ਕੇ ਬਹੁਤ ਦੁਖੀ ਹੋਇਆ, ਪਰ ਹੁਣ ਕੀ ਕੀਤਾ ਜਾ ਸਕਦਾ ਸੀ। ਸਿੱਖਿਆ, ਲਾਲਚ ਬੁਰੀ ਬਲਾ ਹੈ। ਥੈਂਕ ਯੂ।